ਇੱਕ ਤਰਫ ਧੰਨ ਗੁਰੂ ਅਰਜਨ ਦੇਵ ਸਾਹਿਬ ਦੀ ਬਾਣੀ ਹੈ, ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗ ਹੈ ਸਭ ਨਿਵਨ। ਜੇਠ ਕਹਿੰਦੇ ਹਨ ਵੱਡੇ ਨੂੰ, ਵੱਡਾ, ਔਰ ਸੰਸਕ੍ਰਿਤ ਵਿੱਚ ਇਸ ਨੂੰ ਕਹਿੰਦੇ ਹਨ ਜੇਸ਼ਟ, ਵੱਡਾ। ਜਿਹੜਾ ਵੱਡਾ ਪੁਰਖ ਹੈ ਉਸਦੇ ਚਰਨਾਂ 'ਤੇ ਨਮਸਕਾਰ ਕਰਨੀ ਚਾਹੀਦੀ ਹੈ, ਜੁੜਨਾ ਚਾਹੀਦਾ ਹੈ। ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨਿਵਨ। ਜਿਤਨੀ ਵੀ ਬਨਸਪਤੀ ਹੈ, ਜਿਤਨੇ ਵੀ ਜੀਵ ਹਨ, ਸਾਰੇ ਦੇ ਸਾਰੇ ਤੈਨੂੰ ਝੁੱਕ ਰਹੇ ਨੇ, ਝੁੱਕ ਰਹੇ ਨੇ। ਜਿਤਨੀ ਵੀ ਬਣਾਈ ਹੋਈ ਤੇਰੀ ਕੁਦਰਤ ਹੈ, ਸਾਰੇ ਤੈਨੂੰ ਨਮਸਕਾਰ ਪਈ ਕਰਦੇ ਨੇ। ਇਹ ਮਨੁੱਖ ਤੂੰ ਵੀ ਗਾ, ਤੂੰ ਵੀ ਗਾ। ਹੁਣ ਉਸ ਦੀ ਗਾਇਕੀ ਦਾ ਜਿਹੜਾ ਫਲ ਹੈ, ਹਰ ਸੱਜਣ ਦਾਵਣ ਲੱਗੀਆਂ ਕਿਸੇ ਨਾ ਦੇਈ ਬਨ। ਦਾਵਣ ਦਾ ਭਾਵ ਹੈ ਪੱਲੇ। ਜੇ ਤੂੰ ਗੁਰੂ ਦੀ ਪਨਾਹ ਵਿੱਚ ਚਲਾ ਗਿਆ, ਗੁਰੂ ਦੀ ਸ਼ਰਨ ਵਿੱਚ ਚਲਾ ਗਿਆ, ਤਾਂ ਇਹ ਯਕੀਨਨ ਹੈ ਕਿ ਗੁਰੂ ਤੈਨੂੰ ਫਿਰ ਜਮਦੂਤਾਂ ਦੇ ਹਵਾਲੇ ਨਹੀਂ ਕਰੇਗਾ। ਗੁਰੂ ਤੈਨੂੰ ਜਨਮ ਅਤੇ ਮਰਨ ਦੇ ਗੇੜ ਵਿੱਚ ਨਹੀਂ ਸੁੱਟੇਗਾ। ਹਰ ਸੱਜਣ ਦਾਵਣ ਲੱਗੀਆਂ ਕਿਸੇ ਨਾ ਦੇਈ ਬਨ। ਔਰ ਇਹ ਸਿਮਰਨ ਐਸਾ ਹੈ ਕਿ ਸਿਮਰਨ ਕਰਦੀਆਂ ਕਰਦੀਆਂ ਤੇਰੇ ਜੀਵਨ ਵਿੱਚ ਇੱਕ ਐਸੀ ਦੌਲਤ ਉਤਰੇਗੀ, ਜਿਸ ਦੌਲਤ ਨੂੰ ਸਾਹਿਬ ਜੀ ਕੀ ਕਹਿੰਦੇ ਨੇ, ਮਾਣਕ ਮੋਤੀ ਨਾਮ ਪ੍ਰਭ ਉਨ ਲੱਗੇ ਨਾਹੀਂ ਸਨ। ਇੱਕ ਦੌਲਤ ਬਾਹਰ ਦੀ ਹੈ, ਇੱਕ ਦੌਲਤ ਅੰਦਰ ਦੀ ਹੈ। ਅਤੇ ਕਈ ਦਫ਼ਾ ਸੁਣਿਆ ਕਿ ਘਰ ਵਿੱਚ ਲੁਟੇਰੇ ਆਏ, ਸਭ ਕੁਛ ਲੈ ਗਏ। ਅਤੇ ਕਈ ਦਫ਼ਾ ਸੁਣਿਆ ਘਰ ਵਿੱਚ ਬਹੁਤ ਸੋਨਾ ਪਿਆ ਸੀ, ਲੈ ਗਏ ਲੁਟੇਰੇ। ਕਈ ਦਫ਼ਾ ਸੁਣਿਆ, ਪਰ ਆਪ ਜੀ ਨੇ ਇਹ ਨਹੀਂ ਸੁਣਿਆ ਹੋਵੇਗਾ ਕਿ ਕਿਸੇ ਭਗਤ ਦੀ ਭਗਤੀ ਖੋ ਕੇ ਲੈ ਗਏ, ਕਦੇ ਨਹੀਂ ਸੁਣਿਆ ਹੋਵੇਗਾ। ਕਿਸੇ ਨਾਮੀ ਪੁਰਸ਼ ਦੇ ਕੋਲ ਜੋ ਪਰਮਾਤਮਾ ਦੀ ਬੰਦਗੀ ਸੀ, ਉਹ ਖੋ ਕੇ ਲੈ ਗਏ, ਕਦੇ ਨਹੀਂ ਸੁਣਿਆ ਹੋਵੇਗਾ। ਮਾਣਕ ਮੋਤੀ ਨਾਮ ਪ੍ਰਭ ਉਨ ਲੱਗੇ ਨਾਹੀਂ ਸਨ, ਰੰਗ ਸਬੈ ਨਾਰਾਇਣੈ ਜੇਤੇ ਮਨ ਭਾਵਨ। ਜਿਹੜਾ ਮਨੁੱਖ ਪ੍ਰਭੂ ਦੇ ਨਾਲ ਜੁੜ ਗਿਆ, ਉਸਦੇ ਜੀਵਨ ਵਿੱਚ ਫਿਰ ਅੰਮ੍ਰਿਤ ਵਰਸਦਾ ਹੈ, ਫਿਰ ਪ੍ਰਭੂ ਦੀ ਹਰ ਇੱਕ ਗੱਲ, ਪ੍ਰਭੂ ਦਾ ਹਰ ਇੱਕ ਰੰਗ ਉਹ ਕਬੂਲ ਕਰ ਲੈਂਦਾ ਹੈ। ਔਰ ਉਸਨੂੰ ਖਬਰ ਹੈ ਕਿ ਜੋ ਪ੍ਰਭੂ ਨੇ ਕੀਤਾ ਹੈ ਉਹ ਠੀਕ ਕੀਤਾ ਹੈ। ਜੋ ਪ੍ਰਭ ਲੋੜੇ ਸੋ ਕਰਨ, ਪ੍ਰਭੂ ਉਹੀ ਕਰਦਾ ਹੈ ਜੋ ਉਸਦੀ ਮਰਜ਼ੀ ਹੈ। ਸੋਈ ਜੀ ਕਰਨ, ਜੀਵ ਉਹੀ ਕਰਦੇ ਨੇ ਜੋ ਪ੍ਰਭੂ ਖੇਡ ਖੇਡਦਾ ਹੈ। ਜੋ ਹਰ ਲੋੜੇ ਸੋ ਕਰੇ, ਸੋਏ ਜੀ ਕਰਨ, ਜੋ ਪ੍ਰਭ ਕੀਤੇ ਆਪਣੇ ਸੇਹੀ ਕਹੀਏ ਧਨ। ਹੁਣ ਐਸਾ ਮਨੁੱਖ ਧਨ ਹੈ ਜਿਸ ਨੂੰ ਪ੍ਰਭੂ ਨੇ ਆਪਣੇ ਚਰਨਾਂ ਦੇ ਨਾਲ ਜੋੜ ਲਿਆ, ਆਪਣੇ ਚਰਨਾਂ ਦੇ। ਅਤੇ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਹਨ ਕਿ ਆਪਣ ਲੀਆ ਜੇ ਮਿਲੇ ਵਿਛੁੜ ਕਿਉਂ ਰੋਵਨ। ਕਿਉਂਕਿ ਕਿਸੇ ਵੀ ਮਨੁੱਖ ਤੋਂ ਕੁਝ ਚੀਜ਼ ਲੈਣੀ ਹੋਵੇ ਤਾਂ ਆਮ ਤੌਰ 'ਤੇ ਕਹਿੰਦੇ ਨੇ ਜਾਂ ਤਨ ਦੀ ਸ਼ਕਤੀ ਹੋਵੇ ਜਾਂ ਫਿਰ ਮਨ ਦੀ ਸ਼ਕਤੀ ਹੋਵੇ। ਮਨ ਕਰਕੇ ਕੋਈ ਮਨੁੱਖ ਤਾਕਤਵਰ ਹੈ, ਕਿਸੇ ਨੂੰ ਹਰਾ ਦਿੰਦਾ ਹੈ, ਅਤੇ ਤਨ ਕਰਕੇ ਕੋਈ ਮਨੁੱਖ ਸ਼ਕਤੀਸ਼ਾਲੀ ਹੈ, ਕਿਸੇ ਨੂੰ ਹਰਾ ਦਿੰਦਾ ਹੈ, ਖੋ ਲੈਂਦਾ ਹੈ। ਕਿਉਂਕਿ ਤਨ ਕਰਕੇ ਕੋਈ ਤਾਕਤਵਰ ਸੀ, ਦੂਜੇ ਤੋਂ ਖੋ ਲਿਆ। ਕੋਈ ਮਨ ਕਰਕੇ ਤਾਕਤਵਰ ਸੀ, ਉਸ ਤੋਂ ਖੋ ਲਿਆ। ਪਰ ਪਰਮਾਤਮਾ ਨੂੰ ਜੇਕਰ ਅਸੀਂ ਸਾਹਮਣੇ ਵੇਖੀਏ ਤਾਂ ਨਾ ਅਸੀਂ ਤਨ ਕਰਕੇ ਤਾਕਤਵਰ ਹਾਂ, ਨਾ ਅਸੀਂ ਮਨ ਕਰਕੇ ਤਾਕਤਵਰ ਹਾਂ, ਕੁਝ ਵੀ ਨਹੀਂ। ਪਰਮਾਤਮਾ ਦੇ ਸਾਹਮਣੇ ਨਾ ਸਾਡੇ ਤਨ ਦਾ ਜ਼ੋਰ ਚੱਲਦਾ ਹੈ, ਨਾ ਸਾਡੇ ਮਨ ਦਾ ਜ਼ੋਰ ਚੱਲਦਾ ਹੈ, ਕੁਝ ਨਹੀਂ ਚੱਲਦਾ। ਜ਼ੋਰ ਨਾ ਮੰਗਣ
ਦੇਣ ਨਾ ਜ਼ੋਰ, ਕੁਛ ਵੀ ਨਹੀਂ ਫਿਰ ਕੀ ਹੈ ਸਾਡੇ ਕੋਲ? ਕਹਿੰਦੇ ਨੇ ਪ੍ਰਾਣੀ ਤੇਰੇ ਕੋਲ ਅਰਦਾਸ ਹੈ, ਮਨ ਕੀ ਬਿਰਥਾ ਹੋਏ ਸੋ ਗੁਰੂ ਪੈ ਅਰਦਾਸ ਕਰ। ਜਦੋਂ ਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਫਿਰ ਸਾਧੂ ਸੰਗ ਪ੍ਰਾਪਤੇ ਜਿਸ ਕੈ ਭਾਗ ਮਥਨ, ਫਿਰ ਸੰਗਤ ਪ੍ਰਾਪਤ ਹੋਈ, ਗੁਰਮੁਖਾਂ ਦੀ ਸੰਗਤ ਪ੍ਰਾਪਤ ਹੋਈ ਔਰ ਉਸ ਸੰਗਤ ਵਿੱਚ ਬੈਠ ਕੇ ਪ੍ਰਭੂ ਦੇ ਗੀਤ ਗਾਏ। ਜਦੋਂ ਪ੍ਰਭੂ ਦੇ ਗੀਤ ਗਾਏ ਤਾਂ ਸਾਹਿਬ ਜੀ ਕਹਿੰਦੇ ਨੇ ਹਰ ਜੇਠ ਰੰਗੀਲਾ ਤੇ ਸਧਣੀ ਜਿਸ ਕੈ ਭਾਗ ਮਥਨ, ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ, ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਨ। ਹੁਣ ਇਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਦਾ ਸ਼ਬਦ ਚੱਲਦਾ ਹੈ ਤੁਖਾਰੀ ਰਾਗ ਵਿੱਚ, ਅਤੇ ਆਪ ਜੀ ਨੇ ਵੀ ਬਾਰਾਂ ਮਾਂ ਦੀ ਗੱਲ ਕਰ ਦਿੱਤੀ ਅਤੇ ਆਪ ਜੀ ਕੀ ਕਹਿੰਦੇ ਨੇ ਕਿ ਜੇਠ ਦਾ ਮਹੀਨਾ ਤਪਦਾ ਹੈ, ਹਰ ਪਾਸੇ ਤਪਸ ਹੈ, ਜ਼ਮੀਂ ਤਪਦੀ ਹੈ, ਤਪਦੀ ਹੈ, ਪਰਬਤ ਤਪਦੇ ਹਨ, ਸਾਗਰ ਤਪਦੇ ਹਨ, ਬਨਸਪਤੀ ਤਪਦੀ ਹੈ ਕਿਉਂਕਿ ਸੂਰਜ ਦੀ ਤਪਸ ਹੈ, ਸੂਰਜ ਤਪ ਰਿਹਾ ਹੈ ਅਤੇ ਧਰਤੀ ਤਪ ਰਹੀ ਹੈ, ਪਾਣੀ ਤਪ ਰਿਹਾ ਹੈ ਅਤੇ ਉਸ ਤਪਦੇ ਹੋਏ ਪਾਣੀ ਦੇ ਵਿੱਚ ਜੀਵ ਤੜਫ ਰਹੇ ਹਨ, ਤੜਫ ਰਹੇ ਨੇ, ਬਨਸਪਤੀ ਤੜਫ ਰਹੀ ਹੈ ਕਿਉਂਕਿ ਹਰ ਪਾਸੇ ਤਪਸ ਹੈ, ਤਪਸ ਹੈ। ਹੁਣ ਉਸ ਤਪਦੀ ਹੋਈ ਜ਼ਮੀਨ ਦੇ ਵਿੱਚ ਆਪ ਜੀ ਬੀਜ ਬੀਜ ਦਿਓ, ਇਸ ਨੂੰ ਗਹਿਰੇ ਤਲ 'ਤੇ ਸਮਝਣਾ ਇਸ ਗੱਲ ਨੂੰ ਅਤੇ ਫਿਰ ਉਸ ਨੂੰ ਜੀਵਨ ਵਿੱਚ ਉਤਾਰਨਾ ਕਾਬਲੇ ਕਬੂਲ ਹੋਵੇਗੀ। ਤਪਦੀ ਹੋਈ ਧਰਤੀ ਵਿੱਚ ਬੀਜ ਬੀਜ ਦਵੋ ਅਤੇ ਉਹ ਬੀਜ ਉੱਥੇ ਸੜ ਜਾਏਗਾ, ਬੀਜ ਅੰਕੁਰਿਤ ਨਹੀਂ ਹੋਏਗਾ। ਤਪਦੀ ਹੋਈ ਧਰਤੀ 'ਤੇ ਜਦੋਂ ਪਾਣੀ ਦੀ ਬੂੰਦ ਪੈ ਗਈ ਤਾਂ ਖਬਰ ਹੀ ਨਹੀਂ ਲੱਗਦੀ ਬੂੰਦ ਕਿੱਥੇ ਗਈ। ਕਹਿ ਦਿੰਦੇ ਹਾਂ ਬਰਸਾਤ ਤਾਂ ਪਈ ਸੀ, ਧਰਤੀ ਸੁੱਕੀ ਦੀ ਸੁੱਕੀ ਹੈ ਕਿਉਂਕਿ ਤਪ ਰਹੀ ਹੈ ਧਰਤੀ, ਤਪ ਰਹੀ ਹੈ। ਹੁਣ ਤਪਦੀ ਹੋਈ ਧਰਤੀ ਨੂੰ ਥੋੜ੍ਹਾ ਪਾਣੀ ਨਹੀਂ ਚਾਹੀਦਾ, ਬਹੁਤਾ ਪਾਣੀ ਚਾਹੀਦਾ ਹੈ। ਅਤੇ ਜਦੋਂ ਉਹਦੀ ਤਪਸ ਮਿਟਦੀ ਹੈ ਫਿਰ ਅਸੀਂ ਬੀਜ ਬੀਜਦੇ ਹਾਂ, ਉਹ ਬੀਜ ਅੰਕੁਰਿਤ ਹੁੰਦਾ ਹੈ, ਉਹ ਬੀਜ। ਹੁਣ ਦੂਜੀ ਤਰਫ ਹਰ ਇੱਕ ਮਨੁੱਖ ਦਾ ਹਿਰਦਾ ਵੀ ਤਪ ਰਿਹਾ ਹੈ, ਹਰ ਇੱਕ ਮਨੁੱਖ ਦਾ ਹਿਰਦਾ ਤਪ ਰਿਹਾ ਹੈ। ਉਹ ਕਿਸ ਕਰਕੇ, ਕਿਸ ਦੀ ਤਪਸ ਹੈ? ਸੂਰਜ ਦੀ ਤਪਸ ਨਹੀਂ ਹੈ, ਕਾਮ ਦੀ ਤਪਸ, ਕ੍ਰੋਧ ਦੀ ਤਪਸ, ਲੋਭ ਅਤੇ ਮੋਹ ਦੀ ਤਪਸ, ਹੰਕਾਰ ਦੀ ਤਪਸ, ਹਰ ਇੱਕ ਮਨੁੱਖ ਦਾ ਹਿਰਦਾ ਤਪ ਰਿਹਾ ਹੈ। ਜਿਸ ਹਿਰਦੇ ਵਿੱਚ ਕ੍ਰੋਧ ਦੀ ਤਪਸ ਹੋਵੇ ਨਾਮ ਦਾ ਬੀਜ ਕਿੱਥੇ ਉੱਗੇਗਾ? ਹੰਕਾਰ ਦੀ ਤਪਸ ਹੋਵੇ ਹਿਰਦੇ ਵਿੱਚ ਨਾਮ ਕਿੱਥੇ ਉੱਗੇਗਾ? ਕਾਮ ਵਾਸਨਾ ਦੀ ਤਪਸ ਹੋਵੇ ਬੀਜ ਕਿੱਥੇ ਉੱਗੇਗਾ? ਕਿੱਥੇ ਉੱਗੇਗਾ? ਆਪ ਜੀ ਦੇ ਸਾਹਮਣੇ ਅਤੇ ਜੇਕਰ ਇਸ ਵਿਚਾਰ ਦੇ ਵਿੱਚ ਕੋਈ ਉਕਾਈ ਹੋਵੇ ਆਪ ਜੀ ਕਹਿ ਸਕਦੇ ਹੋ। ਜਦੋਂ ਅਸੀਂ ਸਿਮਰਨ ਕਰਦੇ ਹਾਂ, ਥੋੜ੍ਹਾ ਜਿਹਾ ਸਿਮਰਨ ਕੀਤਾ ਅਤੇ ਉਹ ਤਪਸ ਬੁਝੀ ਕਿੱਥੇ? ਇੱਕ ਦਿਨ ਸਿਮਰਨ ਕੀਤਾ, 20 ਦਿਨ ਇਸੇ ਤਰ੍ਹਾਂ ਲੰਘਾ ਦਿੱਤੇ, ਇੱਕ ਦਿਨ ਸੰਗਤ ਕੀਤੀ, 15 ਦਿਨ ਇਸੇ ਤਰ੍ਹਾਂ ਲੰਘਾ ਦਿੱਤੇ, ਤਪਸ ਕਿਸ ਤਰ੍ਹਾਂ ਬੁਝੇਗੀ? ਇੱਥੇ ਤਾਂ ਹਰ ਰੋਜ਼ ਦੀ ਬਰਸਾਤ ਚਾਹੀਦੀ ਹੈ। ਰੋਜ਼ ਸੰਗਤ ਕਰੋ, ਰੋਜ਼ ਸਿਮਰਨ ਕਰੋ, ਰੋਜ਼ ਗੁਰਬਾਣੀ ਪੜ੍ਹੋ, ਤਾਂ ਕਰਕੇ ਹਿਰਦੇ ਦੀ ਤਪਸ ਮਿਟੇਗੀ। ਤਾਂ ਕਰਕੇ ਔਰ ਜਦੋਂ ਹਿਰਦੇ ਦੀ ਤਪਸ ਮਿਟੇਗੀ ਬੀਜ ਤਾਂ ਅੰਕੁਰਿਤ ਹੋਵੇਗਾ। ਜਦੋਂ ਉਹ ਬੀਜ ਅੰਕੁਰਿਤ ਹੋਇਆ ਫਿਰ ਉਸਦਾ ਹਿਰਦਾ ਜਿਸ ਦੇ ਵਿੱਚ ਐਸੇ ਫੁੱਲ ਖਿੜੇ ਜਿਸ ਨੂੰ ਕਹਿ ਸਕਦੇ ਹਾਂ ਬਸੰਤ ਬਾਹਰ, ਨਹੀਂ ਤਾਂ ਕੀ ਹੁੰਦਾ ਹੈ ਕਿ ਬਾਰਾਂ ਮਹਾਂ ਜਿਤਨੇ ਵੀ ਮਹੀਨੇ ਆਪ ਜੀ ਨੂੰ ਖਬਰ ਹੈ, ਕੋਈ ਮਹੀਨਾ 30 ਦਿਨ ਦਾ ਅਤੇ ਕੋਈ 31 ਦਿਨ ਦਾ, ਕੋਈ 28 ਦਿਨ ਦਾ ਫਰਵਰੀ, ਹਰ ਇੱਕ ਮਹੀਨੇ ਦਾ ਆਪਣਾ ਸੁਭਾਅ ਹੈ,
ਕਿਸੇ ਮਹੀਨੇ ਵਿੱਚ ਗਰਮੀ, ਕਿਸੇ ਮਹੀਨੇ ਵਿੱਚ ਸਰਦੀ, ਕਿਸੇ ਮਹੀਨੇ ਵਿੱਚ ਬਰਸਾਤ, ਅਤੇ ਉਸ ਦੀ ਮਿਆਦ ਕਿਤਨੀ ਹੈ? ਕਿਸੇ ਦੇ 31 ਦਿਨ, ਕਿਸੇ ਦੇ 30 ਦਿਨ। ਪਰ ਇੱਕ ਗੱਲ ਦੇਖਣਾ, ਜੇਕਰ ਗਰਮੀ ਪੈ ਰਹੀ ਹੈ 31 ਦਿਨ, ਹੁਣ ਇਹ ਜੇਠ ਦਾ ਮਹੀਨਾ, ਗਰਮੀ ਹੈ, ਤਪਸ ਹੈ, ਪਰ ਸਿਆਣੇ ਕੀ ਕਹਿੰਦੇ ਨੇ ਕਿ ਇਹ 30 ਦਿਨਾਂ ਦੀ ਤਪਸ ਤਾਂ ਅਸੀਂ ਬਰਦਾਸ਼ਤ ਕਰ ਲਵਾਂਗੇ, ਪਰ ਕਈ ਦਫਾ ਕੀ ਹੁੰਦਾ ਹੈ, ਜਿਹੜੀ ਹਿਰਦੇ ਦੀ ਤਪਸ ਹੈ ਉਹ ਸਾਰੀ ਜ਼ਿੰਦਗੀ ਚੱਲਦੀ ਹੈ, ਸਾਰੀ ਜ਼ਿੰਦਗੀ। ਮਨੁੱਖ ਜੇਕਰ ਕ੍ਰੋਧੀ ਹੈ, ਸਾਰੀ ਜ਼ਿੰਦਗੀ ਕ੍ਰੋਧੀ ਹੈ। ਜੇਕਰ ਮਨੁੱਖ ਲੋਭੀ ਹੈ, ਸਾਰੀ ਜ਼ਿੰਦਗੀ ਲੋਭ ਕਰਦਾ ਹੈ। ਜੇ ਮਨੁੱਖ ਹੰਕਾਰੀ ਹੈ, ਸਾਰੀ ਜ਼ਿੰਦਗੀ ਹੰਕਾਰ ਵਿੱਚ ਬਿਤਾ ਦਿੰਦਾ ਹੈ। ਉਸ ਦਾ ਹਿਰਦਾ ਤਪਦਾ ਹੀ ਰਹਿੰਦਾ ਹੈ, ਤਪਦਾ ਹੀ ਰਹਿੰਦਾ ਹੈ। ਔਰ ਦੂਜੇ ਪਾਸੇ ਮੈਂ ਇਸ ਤਰ੍ਹਾਂ ਵੀ ਕਹਾਂ, ਜਿਸ ਦੇ ਹਿਰਦੇ ਵਿੱਚ ਬਸੰਤ ਆ ਗਿਆ, ਅਤੇ ਉਸਦਾ ਫਿਰ ਸਾਰਾ ਹੀ ਜੀਵਨ ਬਸੰਤ ਵਿੱਚ ਹੀ ਬੀਤਦਾ ਹੈ, ਸਾਰਾ ਜੀਵਨ। ਜਿਸ ਮਨੁੱਖ ਦੇ ਜੀਵਨ ਵਿੱਚ ਪ੍ਰਭੂ ਦੇ ਨਾਮ ਦੀ ਬਰਸਾਤ ਹੋ ਗਈ, ਉਸਦਾ ਸਾਰਾ ਹੀ ਜੀਵਨ ਫਿਰ ਪ੍ਰਭੂ ਦੇ ਨਾਮ ਵਿੱਚ ਭਿੱਜਿਆ ਹੀ ਰਹਿੰਦਾ ਹੈ, ਭਿੱਜਿਆ ਹੀ ਰਹਿੰਦਾ। ਜੀਵਨ ਫਿਰ ਐਸਾ ਚਾਹੀਦਾ ਹੈ ਕਿ ਨਾਮ ਦੇ ਵਿੱਚ ਭਿੱਜਦਾ ਹੀ ਰਹੇ, ਭਿੱਜਦਾ ਹੀ ਰਹੇ। ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਤੂੰ ਸੰਗਤ ਵਿੱਚ ਆ ਕੇ ਗੁਣ ਪੈਦਾ ਕਰ, ਗੁਣ ਇਕੱਠੇ ਕਰ। ਜਿਵੇਂ ਜਿਵੇਂ ਤੂੰ ਗੁਣ ਇਕੱਠੇ ਕੀਤੇ, ਅਤੇ ਇਹਨਾਂ ਗੁਣਾਂ ਦੇ ਨਾਲ ਤੇਰੇ ਹਿਰਦੇ ਵਿੱਚ ਬਿਰਹੋ ਦੀ ਭਾਵਨਾ ਪੈਦਾ ਹੋਵੇਗੀ, ਤੜਫਨ। ਔਰ ਜਿਸ ਮਨੁੱਖ ਦੇ ਹਿਰਦੇ ਵਿੱਚ ਬਿਰਹਾ ਨਹੀਂ ਹੈ, ਉਸ ਨੂੰ ਫਰੀਦ ਜੀ ਕੀ ਕਹਿੰਦੇ ਨੇ, ਫਰੀਦਾ ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ। ਫਰੀਦ ਜੀ ਕਹਿੰਦੇ ਨੇ, ਮੈਂ ਤਾਂ ਬਿਰਹਾ ਨੂੰ ਸੁਲਤਾਨ ਕਹਿੰਦਾ, ਸੁਲਤਾਨ। ਔਰ ਜਿਸ ਸਰੀਰ ਦੇ ਵਿੱਚ ਬਿਰਹਾ ਪੈਦਾ ਨਹੀਂ ਹੋਇਆ, ਜਿਤ ਤਨ ਬਿਰਹਾ ਨਾ ਉਪਜੈ ਸੋ ਤਨ ਜਾਣ ਮਸਾਣ। ਜਿਸ ਹਿਰਦੇ ਵਿੱਚ ਤੜਫਨ ਨਹੀਂ ਹੈ, ਫਰੀਦ ਜੀ ਕਹਿੰਦੇ ਨੇ, ਉਹ ਹਿਰਦਾ ਹਿਰਦਾ ਨਹੀਂ ਹੈ, ਉਹ ਤਾਂ ਮਸਾਣ ਹੈ, ਮਸਾਣ। ਗੁਣ ਇਕੱਠੇ ਕਰ, ਤੜਫਨ ਪੈਦਾ ਹੋਵੇ। ਜਦੋਂ ਤੜਫਨ ਪੈਦਾ ਹੋਵੇਗੀ, ਤਾਂ ਤੂੰ ਫਿਰ ਪ੍ਰਭੂ ਨੂੰ ਅਰਦਾਸ ਕਰੇਗਾ, ਹੇ ਪ੍ਰਭੂ ਮੈਂ ਨਿਤਾਣਾ ਹਾਂ, ਮੈਂ ਨਿਮਾਣਾ, ਤੂੰ ਕਿਰਪਾ ਕਰ। ਅਕਸਰ ਵੇਖਿਆ ਗਿਆ ਹੈ, ਦੁਨਿਆਵੀ ਤਲ 'ਤੇ ਜਿਹੜਾ ਮਨੁੱਖ ਨਿਤਾਣਾ ਹੈ, ਜਿਸ ਦੇ ਕੋਲ ਕੋਈ ਤਾਣ ਨਹੀਂ ਹੈ, ਜਿਸ ਦੇ ਕੋਲ ਕੋਈ ਤਾਕਤ ਨਹੀਂ ਹੈ, ਦੁਨਿਆਵੀ ਤਲ 'ਤੇ ਉਹ ਨਿਮਾਣਾ ਵੀ ਹੈ, ਉਸਨੂੰ ਕੋਈ ਮਾਣ ਵੀ ਨਹੀਂ ਦਿੰਦਾ। ਦੁਨਿਆਵੀ ਤਲ 'ਤੇ ਕੋਈ ਤਾਕਤ ਨਹੀਂ ਹੈ, ਅਤੇ ਉਸਨੂੰ ਕੋਈ ਪੁੱਛਦਾ ਵੀ ਨਹੀਂ। ਅਤੇ ਧਰਮ ਦੀ ਦੁਨੀਆਂ ਵਿੱਚ ਵੀ ਇਸੇ ਤਰ੍ਹਾਂ ਹੈ, ਜਿਸ ਮਨੁੱਖ ਦੇ ਕੋਲ ਬੰਦਗੀ ਨਹੀਂ, ਉਹ ਨਿਤਾਣਾ ਹੈ। ਜੇ ਬੰਦਗੀ ਨਹੀਂ, ਤਾਂ ਉਸਨੂੰ ਮਾਣ ਕੌਣ ਦੇਵੇਗਾ? ਜੇ ਬੰਦਗੀ ਹੈ, ਸਾਰੇ ਉਸ ਦਾ ਸਤਿਕਾਰ ਕਰਦੇ ਨੇ। ਅਤੇ ਤਾਕਤ ਪੈਦਾ ਕਰਨੀ ਹੈ, ਕਿਸ ਤਰ੍ਹਾਂ ਦੀ ਤਾਕਤ? ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਇਹ ਬੋਲ ਹਨ, ਹੇ ਪ੍ਰਭੂ ਮੈਂ ਤਾਣ ਦੀਵਾਨ, ਤੂੰ ਹੈ ਮੇਰੇ ਸੁਆਮੀ। ਮੇਰਾ ਤਾਣ ਵੀ ਤੂੰ ਹੈ, ਦੀਵਾਨ ਵੀ ਤੂੰ ਹੈ। ਮੈਂ ਤੁਧ ਆ ਗਏ ਅਰਦਾਸ, ਮੈਂ ਹੋਰ ਥਾਉ ਨਾਹੀਂ, ਜਿਸ ਪੈ ਕਰਾਂ ਬੇਨੰਤੀ, ਮੇਰਾ ਦੁੱਖ ਸੁੱਖ ਤੁਧ ਹੀ ਪਾਸ। ਇਹ ਅਰਦਾਸ, ਜਦੋਂ ਤੂੰ ਇਹ ਅਰਦਾਸ ਕੀਤੀ ਪ੍ਰਭੂ ਦੇ ਦਰ 'ਤੇ, ਪ੍ਰਭੂ ਦੇ ਚਰਨਾਂ ਵਿੱਚ, ਕਹਿੰਦੇ ਨੇ ਤੇਰੇ 'ਤੇ ਉਸ ਦੀ ਨਜ਼ਰ ਹੋਈ। ਜਦੋਂ ਹੀ ਉਸ ਦੀ ਨਜ਼ਰ ਹੋਈ, ਤੇਰੇ ਕਰਮ ਬਦਲੇ। ਔਰ ਜਦੋਂ ਤੇਰੇ ਕਰਮ ਬਦਲੇ, ਤਾਂ ਫਿਰ ਕਰਮ ਦਾ ਫਲ ਵੀ ਬਦਲਿਆ, ਫਲ ਵੀ ਬਦਲਿਆ। ਸਿਆਣੇ ਕਹਿੰਦੇ ਨੇ ਕਿ ਕਰਮ ਦਾ ਬੀਜ ਸਾਡੀ ਤਲੀ 'ਤੇ ਪਿਆ ਹੈ, ਅਤੇ ਫਲ ਪ੍ਰਭੂ ਦੀ ਤਲੀ 'ਤੇ ਪਿਆ ਹੈ। ਮੈਂ ਫਿਰ ਅਰਜ਼ ਕਰਾਂ, ਸਮਝਣਾ, ਕਰਮ ਦਾ ਬੀਜ ਸਾਡੀ ਤਲੀ 'ਤੇ ਪਿਆ ਹੈ। ਜੇਕਰ ਅਸੀਂ ਕਿੱਕਰ ਦਾ ਬੀਜ ਬੀਜਿਆ, ਤਾਂ ਪ੍ਰਭੂ ਦੇ ਹੱਥ ਵਿੱਚ ਉਸੇ ਕਿਸਮ ਦਾ ਫਲ ਪਿਆ, ਸਾਨੂੰ ਫੜਾ ਦੇਗਾ। ਜੇਕਰ ਅਸੀਂ ਅੰਬ ਦਾ ਦਰਖਤ ਤਿਆਰ ਕੀਤਾ, ਅੰਬ ਦਾ ਬੀਜ ਬੀਜਿਆ, ਅਤੇ ਅੰਬ ਪ੍ਰਭੂ ਦੇ ਹੱਥ ਵਿੱਚ ਪਿਆ ਹੈ, ਉਹ ਸਾਡੇ ਹੱਥ ਵਿੱਚ ਫੜਾ ਦੇਗਾ। ਕਹਿਣ ਦਾ ਭਾਵ, ਜੈਹਾ ਬੀਜੈ ਸੋ ਲੁਣੈ ਕਰਮਾਂ ਸੰਦੜਾ ਖੇਤ।
जो कुछ भी तू बीजेगा फल तेन ऐसा ही मिलेगा, ऐसा ही मिलेगा। कबीर साहिब जी कहते ने बीजक ग्रंथ विच, कबीर जो तो कौ कांटा बोए ताही बोए तू फूल। जे तेरे लिए कोई कंडे बीजदा है तो तू उसते लिए कंडे मत बीजना, तू उसते लिए फूल बीज। कबीर जो तौ को कांटा बोए ताहे बोए तू फूल, ताहे फूल को फूल है वाको है त्रिशूल। जो तू फूल बीजिया सी ते ओ फूल कितने ही गुणा वध के तेरी झोली विच पैणगे, जिसने कंडा बीजिया वो कंडे कितने ही गुणा वध के ओदी झोली विच पैणगे। तेनू फूल मिलेगा ओनू कंडे ही मिलणगे। ते जदों तुसी गुण कट्ठे कीते प्रभु ने आप जी नूं अपने महल विच बुला लिया। ए जेठ महीने दी विचार तो मैं कबीर साहिब दी गल कर रहा सी। धन कबीर साहिब जी कहंदे ने कि अज दे लोग एक दूजे नूं वेखदियां वेखदियां कर्म कांडां दे विच डुब्बे पए ने, डुब्बे पए ने। कबीर दुनिया के दोखे मुआ चालत कुल की कान। हुण मनुख इत्थे तक कह देंदा है कि जेकर मैं ये कर्म कांड नहीं करांगा लोग की कहणगे, मित्र की कहणगे, पड़ोसी की कहणगे कि तू अपने बच्चे का विआह कीता ये कम नहीं कीता। जे गुस्ताखी माफ। सवेरे श्री अखंड पाठ साहिब का भोग पिया ते शाम नूं फिर पार्टी हो रही है, तो मैं पूछ लिया भई ये की कीता। आप जी ने सवेरे अखंड पाठ साहिब का भोग पाया ते रात नूं फिर उत्थे शराब ते मास चल रहा है, ते उसने की जवाब दिता। कहने लगे ज्ञानी जी हुण समाज नूं भी देखना पैंदा है, मित्रां नूं भी देखना पैंदा है। सवेरे गुरु नूं देख लिया, शाम नूं हुण मित्रां नूं देखना है, हुण की करिए। ते कबीर साहब जी की कहंदे ने, कबीर दुनिया के दोखे मुआ चालत कुल की कान, तब कुल किसका लाज सी जब लय धरे मसान। हुण ये देखना जेकर असी वो कम नहीं करते जो धारणा बनी हुई है तो फिर मनुख कहंदा है कुल नूं लाज लगती है, कुल नूं कि इन्हां दे कुल विच ये कम नहीं होया जिहड़ा कि कितने ही सालों तो चलता रहा, कितने ही सालों तो जिहड़ी मर्यादा चलती आ रही है वह क्यों नहीं कीती, नहीं कीती। कबीर साहब जी कहंदे ने कि जेकर असी कर लैंदे हाँ तो कुल दी मर्यादा बच गई, पर एक गल चेते रखना जदों यात्रा खत्म होवेगी, सफ़र खत्म होवेगा, जदों साडा मृतक शरीर शमशान घाट पहुँचेगा उस वेले सानू कौन बचाएगा, उस वेले साडी रूह नू कौन बचाएगा, किसने भी नहीं। ते धन कबीर साहब जी कहंदे ने तब कुल किसका लाज सी जब लै धरे मसान। इस करके तू वो कम नहीं करना कि तेन डुबना पै जाए। फिर अगां चल के कबीर साहब जी कहंदे ने, कबीर डूबह गोरे बापुरे बहु लोगन की कान, पारोसी के जो हुआ तुम अपने भी जान। हुण साडा सज्जन कौन है जिहड़े सानू हर एक मोड़ ते बचा रहा है, वह साडा सज्जन है, वह सज्जन है हर एक मोड़ तो बचाती है, हर एक पीड़ा तो बचाती है एक माँ, हर एक दर्द तो बचाता है पिता, और जिहड़ा सज्जन है वह भी बचाता है। कहिंदा इस मार्ग ते मत जाना। हुण कबीर साहिब जी कहिंदे ने कि जेकर तू दुनियावी मर्यादा नूं धारणा नूं कबूल कर लिया ते फिर एक गल चेते रखना
ਤੈਨੂੰ ਡੁੱਬਣਾ ਪਏਗਾ, ਫਿਰ ਆਓ ਤੇਰੀ ਆਤਮਿਕ ਮੌਤ ਹੋ ਜਾਵੇਗੀ। ਕਬੀਰ ਡੂਬੇ ਗੋਰੇ ਬਾਪੁਰੇ ਬਹੁ ਲੋਗਨ ਕੀ ਕਾਨ। ਜੇਕਰ ਉਸ ਮਨੁੱਖ ਨੇ ਇਸ ਤਰ੍ਹਾਂ ਕੀਤਾ, ਤੂੰ ਵੀ ਪਈ ਕਰਦਾ ਹੈ, ਉਹ ਤਾਂ ਡੁੱਬੇਗਾ, ਤੂੰ ਵੀ ਡੁੱਬੇਗਾ। ਤਾਂ ਇੱਕ ਗੱਲ ਚੇਤੇ ਰੱਖਣਾ ਕਿ ਜੋ ਦਸ਼ਾ ਪੜੋਸੀ ਦੇ ਘਰ ਵਿੱਚ ਹੋਈ ਉਹ ਤੇਰੀ ਵੀ ਹੋਵੇਗੀ। ਪੜੋਸੀ ਦਾ ਭਾਵ ਕਿ ਕਿਸੇ ਦਾ ਸਫ਼ਰ ਖਤਮ ਹੋਇਆ, ਅਤੇ ਇਹ ਚੇਤੇ ਰੱਖਣਾ ਕਿ ਸਫ਼ਰ ਹਰ ਇੱਕ ਦਾ ਖਤਮ ਹੋਣਾ ਹੈ, ਹਰ ਇੱਕ ਦਾ। ਇਸ ਕਰਕੇ ਤੂੰ ਪਰਮਾਤਮਾ ਦੀ ਬੰਦਗੀ ਕਰ, ਅਤੇ ਬੰਦਗੀ ਕਰਦਿਆਂ ਤੇਰੇ ਜੀਵਨ ਵਿੱਚ ਜੇ ਕਿਤਨੇ ਹੀ ਦੁੱਖ ਸੁੱਖ ਆ ਜਾਣ, ਉਹਨਾਂ ਦੀ ਪਰਵਾਹ ਨਹੀਂ ਕਰਨੀ। ਅਤੇ ਕਬੀਰ ਸਾਹਿਬ ਨੇ ਇੱਥੇ ਤੱਕ ਵੀ ਕਹਿ ਦਿੱਤਾ, ਕਬੀਰ ਬਹਲੀ ਮਧੂਕਰੀ ਨਾਨਾ ਵਿਦ ਕਉ ਨਾਜ, ਦਾਵਾ ਕਾਹੂ ਕੋ ਨਹੀਂ, ਬੜਾ ਦੇਸ਼ ਬਡਲਾ ਰਾਜ। ਮਧੂਕਰੀ ਕਹਿੰਦੇ ਨੇ ਮੰਗੀ ਹੋਈ ਰੋਟੀ, ਜਿਸ ਨੂੰ ਭਿੱਖਿਆ ਕਹਿੰਦੇ ਆ, ਉਸ ਨੂੰ ਕਹਿੰਦੇ ਨੇ ਮਧੂਕਰੀ। ਅਤੇ ਜਦੋਂ ਕੋਈ ਫਕੀਰ ਆਪਣਾ ਪਾਤਰ ਕਿਸੇ ਦੇ ਸਾਹਮਣੇ ਰੱਖਦਾ ਹੈ, ਪਾਂਡਾ ਸਾਹਮਣੇ ਰੱਖਦਾ ਹੈ, ਅਤੇ ਉਹਦੇ ਵਿੱਚ ਫਿਰ ਭਿੱਖਿਆ ਪਾ ਦਿੰਦੇ ਨੇ, ਵੱਖ ਵੱਖ ਕਿਸਮ ਦੀ ਰੋਟੀ, ਵੱਖ ਵੱਖ ਕਿਸਮ ਦੀ ਸਬਜ਼ੀ, ਵੱਖ ਵੱਖ ਕਿਸਮ ਦਾ ਨਾਚ ਪਾ ਦਿੰਦੇ ਨੇ ਮਧੂਕਰੀ। ਕਬੀਰ ਭਲੀ ਮਧੂਕਰੀ ਨਾਨਾ ਵਿਦ ਕੋ ਨਾਚ, ਵੱਖ ਵੱਖ ਕਿਸਮ ਦੀ ਰੋਟੀ, ਵੱਖ ਵੱਖ ਕਿਸਮ ਦੀ ਸਬਜ਼ੀ, ਕਹਿੰਦੇ ਨੇ ਉਹ ਖਾ ਕੇ ਤੂੰ ਪਰਮਾਤਮਾ ਦਾ ਸਿਮਰਨ ਕਰ, ਅਤੇ ਘੱਟ ਤੋਂ ਘੱਟ ਤੂੰ ਦਾਵਾ ਤਾਂ ਨਹੀਂ ਕਰੇਗਾ, ਤੇਰਾ ਰਾਜ ਬਹੁਤ ਵੱਡਾ ਹੈ। ਕਿਉਂਕਿ ਜਿਹੜਾ ਮਨੁੱਖ ਦਾਵਾ ਕਰਦਾ ਹੈ ਉਹ ਹੰਕਾਰੀ ਪੁਰਸ਼ ਬਣ ਜਾਂਦਾ ਹੈ। ਇਹਨੂੰ ਇੱਕ ਗੱਲ ਚੇਤੇ ਆ ਗਈ, ਇਹਨੂੰ ਮੈਂ ਅਰਜ਼ ਕਰ ਦੇਵਾਂ। ਕੁਝ ਸਮਾਂ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਇੱਕ ਸੇਵਾ ਚੱਲੀ ਸੀ ਕਿ ਗੁਰੂ ਘਰ ਦਾ ਜੋ ਸੇਵਾਦਾਰ ਗ੍ਰੰਥੀ ਸਿੰਘ, ਅਤੇ ਉਹਨਾਂ ਨੇ ਲੰਗਰ ਭਾਵੇਂ ਆਪਣੇ ਘਰ ਉਹ ਨਾ ਵੀ ਬਣਾਵੇ, ਅਤੇ ਲੰਗਰ ਸੰਗਤਾਂ ਦੇ ਘਰੋਂ ਲੈ ਕੇ ਆਵੇ। ਅਤੇ ਸੇਵਾਦਾਰ ਜਾਂਦਾ ਸੀ ਭਾਈ ਅੱਜ ਲੰਗਰ ਦੋ ਘਰਾਂ 'ਚੋਂ ਲਿਆ, ਫਿਰ ਕੱਲ੍ਹ ਅਗਾਂਹ ਦੋ ਘਰਾਂ 'ਚੋਂ ਲੈ ਕੇ ਆਵਾਂਗੇ। ਉਹਦਾ ਇੱਕ ਕਾਰਨ ਸੀ, ਕਾਰਨ ਕੀ ਸੀ, ਸੰਗਤ ਕਹਿੰਦੀ ਸੀ ਜੋ ਲੰਗਰ ਅਸੀਂ ਬਣਾ ਰਹੇ ਹਾਂ, ਸਭ ਤੋਂ ਪਹਿਲਾਂ ਉਹਦੇ ਵਿੱਚੋਂ ਪ੍ਰਸ਼ਾਦਾ ਗੁਰੂ ਘਰ ਦੇ ਸੇਵਾਦਾਰ ਲਈ, ਗ੍ਰੰਥੀ ਸਿੰਘ ਲਈ। ਮਨ ਵਿੱਚ ਸਤਿਕਾਰ ਸੀ, ਪ੍ਰੇਮ ਸੀ, ਜਿਹੜਾ ਵੀ ਲੰਗਰ ਅਸੀਂ ਤਿਆਰ ਕਰਨਾ ਪਹਿਲਾਂ ਭਾਈ ਸਾਹਿਬ ਨੂੰ ਛਕਾਉਣਾ ਹੈ, ਸੇਵਾਦਾਰ ਨੂੰ ਛਕਾਉਣਾ। ਅਤੇ ਇਹ ਮਰਿਆਦਾ ਬਹੁਤ ਸਾਲਾਂ ਤੱਕ ਚੱਲਦੀ ਰਹੀ, ਚੱਲਦੀ ਰਹੀ। ਅਖੀਰ ਵਿੱਚ ਕੀ ਹੋਇਆ, ਇਹ ਧੀਰੇ ਧੀਰੇ ਕਰਕੇ ਧਾਰਨਾ ਬੰਦ ਹੋ ਗਈ। ਉਹ ਕਿਸ ਤਰ੍ਹਾਂ ਬੰਦ ਹੋਈ, ਜੋ ਗੱਲ ਮੇਰੇ ਕੰਨਾਂ ਵਿੱਚ ਪਈ ਮੈਂ ਉਹ ਅਰਜ਼ ਕਰ ਰਹੀ ਹਾਂ। ਕਹਿਣ ਲੱਗੇ, ਗਿਆਨੀ ਜੀ, ਇੱਕ ਦਫ਼ਾ ਮੈਂ ਵੀ ਚਲਾ ਗਿਆ ਲੰਗਰ ਲੈਣ ਵਾਸਤੇ, ਅਤੇ ਮਾਈ ਨੇ ਕੀ ਕੀਤਾ, ਇੱਕ ਰੋਟੀ ਬਣਾਈ ਅਤੇ ਉਸ 'ਤੇ ਥੋੜ੍ਹੀ ਜਿਹੀ ਸਬਜ਼ੀ ਪਾ ਦਿੱਤੀ, ਅਤੇ ਸਬਜ਼ੀ ਪਾ ਕੇ ਰੋਟੀ 'ਤੇ, ਅਤੇ ਉਹਦੀ ਕੋਈ ਬੇਟੀ ਛੋਟੀ ਜਿਹੀ ਬਿਮਾਰ ਸੀ, ਉਹਨਾਂ ਦੇ ਸਿਰ 'ਤੇ ਵਾਰ ਕੇ ਤਿੰਨ ਵਾਰ 'ਤੇ ਭਾਈ ਸਾਹਿਬ ਨੂੰ ਦੇ ਦਿੱਤੀ। ਅਤੇ ਉਹ ਕਹਿੰਦਾ ਮੈਂ ਦੇਖ ਰਿਹਾ ਸੀਗਾ। ਵਾਰਨ ਦਾ ਮਤਲਬ ਕੀ ਹੋਇਆ ਕਿ ਜਿਤਨਾ ਵੀ ਬੁਖਾਰ ਹੈ ਉਹ ਭਾਈ ਸਾਹਿਬ ਨੂੰ ਚੜ੍ਹੇ। ਕਹਿੰਦੇ ਨੇ ਉਸ ਦਿਨ ਤੋਂ ਬਾਅਦ ਮੈਂ ਰੋਟੀ ਲੈਣੀ, ਲੰਗਰ ਲੈਣਾ ਬੰਦ ਕਰ ਦਿੱਤਾ, ਮੈਂ ਨਹੀਂ ਜਾਣਾ। ਕਹਿੰਦੇ ਨੇ ਉਹ ਸਿੱਧਕ ਨਹੀਂ ਸੀ, ਉਹ ਪਿਆਰ ਨਹੀਂ ਸੀ। ਤਾਂ ਧੰਨ ਕਬੀਰ ਸਾਹਿਬ ਜੀ ਕਹਿੰਦੇ ਨੇ, ਹੇ ਪ੍ਰਾਣੀ, ਤੇਰੇ ਜੀਵਨ ਵਿੱਚ ਹੰਕਾਰ ਨਾ ਹੋਵੇ, ਭਾਵੇਂ ਤੈਨੂੰ ਮੰਗ ਕੇ ਖਾਣਾ ਪੈ ਜਾਏ, ਪਰ ਇੱਕ ਗੱਲ ਚੇਤੇ ਰੱਖਣਾ, ਧੰਨ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਮੰਗਣ ਦੀ ਰੀਤੀ ਨਹੀਂ ਹੈ। ਅਤੇ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਕੀ ਮਰਿਆਦਾ ਹੈ, ਕਿਰਤ ਵਿਰਤ ਕਰ ਧਰਮ ਦੀ,
ਲੈ ਪ੍ਰਸ਼ਾਦ ਆਣ ਵਰਤੰਦਾ, ਗੁਰਸਿੱਖਾਂ ਨੂੰ ਦੇਈ ਕਰ ਪਿੱਛੋਂ ਬਚਿਆ ਆਪ ਖਵੰਦਾ। ਕਿੰਨੀ ਵੱਡੀ ਗੱਲ ਹੈ ਕਿ ਧਰਮ ਦੀ ਕਿਰਤ ਕਰ ਅਤੇ ਧਰਮ ਦੀ ਕਮਾਈ ਕਰਕੇ ਉਹਦੇ ਵਿੱਚੋਂ ਵੀ ਵੰਡਣਾ, ਗੁਰਸਿੱਖਾਂ ਨੂੰ ਛਕਾਉਣਾ, ਔਰ ਗੁਰਸਿੱਖਾਂ ਨੂੰ ਛਕਾ ਕੇ ਪਿੱਛੋਂ ਬਚਿਆ ਆਪ ਖਵੰਦਾ। ਜੋ ਪਿੱਛੇ ਬਚ ਜਾਏ ਉਹ ਤੂੰ ਖਾਣਾ ਹੈ। ਪਹਿਲਾਂ ਗੁਰਸਿੱਖਾਂ ਦੀ ਸੇਵਾ ਕਰ ਅਤੇ ਜਿਹੜਾ ਵੀ ਕੋਈ ਆਵੇ ਤੇਰੇ ਘਰ ਉਹਦੀ ਸੇਵਾ ਕਰ। ਮੈਨੂੰ ਇੱਕ ਗੱਲ ਚੇਤੇ ਆ ਗਈ, ਮੈਂ ਕਹਿ ਕੇ ਸਮਾਪਤੀ ਕਰਨਾ। ਧੰਨ ਗੁਰੂ ਹਰਿਰਾਏ ਸਾਹਿਬ ਤੱਕ ਦੀ ਇੱਕ ਮਰਿਆਦਾ ਸੀ। ਉਹ ਕੀ ਮਰਿਆਦਾ ਸੀ? ਧੰਨ ਗੁਰੂ ਹਰਿਰਾਏ ਸਾਹਿਬ ਜੀ ਬਚਨ ਕਰਦੇ ਸੀ ਕਿ ਆਪਣੇ ਘਰ ਵਿੱਚ ਜਦੋਂ ਲੰਗਰ ਤਿਆਰ ਹੋਵੇ ਤਾਂ ਆਪਣੇ ਬੂਹੇ 'ਤੇ ਖੜ ਕੇ ਆਵਾਜ਼ ਲਗਾਉਣ ਕਿ ਕੋਈ ਗੁਰੂ ਕਾ ਸਿੱਖ ਜਿਸ ਨੇ ਲੰਗਰ ਛਕਣਾ ਹੋਵੇ ਉਹ ਸਾਡੇ ਘਰ ਵਿੱਚ ਆ ਜਾਵੇ। ਇਹ ਹੋਕਾ ਦੇਣਾ ਹੈ ਕਿ ਕੋਈ ਗੁਰੂ ਕਾ ਸਿੱਖ ਭੁੱਖਾ ਹੋਵੇ, ਲੰਗਰ ਚਾਹੀਦਾ ਹੋਵੇ, ਲੰਗਰ ਛਕਣਾ ਹੋਵੇ, ਗੁਰੂ ਨਾਨਕ ਸਾਹਿਬ ਦਾ ਘਰ ਖੁੱਲ੍ਹਾ ਹੈ, ਲੰਗਰ ਛਕ ਸਕਦੇ ਹੋ। ਕਹਿੰਦੇ ਨੇ ਇਹ ਹੋਕਾ ਦੇਣ ਤੋਂ ਬਾਅਦ ਜੇਕਰ ਕੋਈ ਨਾ ਆਵੇ ਫਿਰ ਆਪ ਜੀ ਨੇ ਲੰਗਰ ਛਕਣਾ ਹੈ। ਕਹਿਣ ਦਾ ਭਾਵ, ਗੁਰੂ ਦਾ ਸੇਵਕ ਧਰਮ ਦੀ ਕਮਾਈ ਕਰਕੇ ਉਹਦੇ ਵਿੱਚੋਂ ਲੰਗਰ ਖੁਦ ਵੀ ਛਕਣਾ ਅਤੇ ਲੋੜਵੰਦਾਂ ਨੂੰ ਵੀ ਛਕਾਉਣਾ, ਇਹਦੇ ਨਾਲ ਬੰਦਗੀ ਹੋਰ ਵੱਧਦੀ ਹੈ, ਨਿਰੰਕਾਰ ਦੀ ਹੋਰ ਰਹਿਮਤ ਆਉਂਦੀ ਹੈ ਅਤੇ ਗੁਰੂ ਪਾਤਸ਼ਾਹ ਕਿਰਪਾ ਕਰਨ ਇਹ ਮਹੀਨਾ ਸੁੱਖਾਂ ਦੇ ਨਾਲ ਬਤੀਤ ਹੋਵੇ। ਮਹੀਨਾ ਤਾਂ ਕੀ, ਸਾਰਾ ਜੀਵਨ ਆਪ ਜੀ ਦਾ ਸੁੱਖਾਂ ਦੇ ਨਾਲ ਬਤੀਤ ਹੋਵੇ। ਬਾਕੀ ਵਿਚਾਰਾਂ ਕੱਲ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।